ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤਜਿੰਦਰ ਬੋਲ ਉਹ ਤਜਿੰਦਰ ਇੱਥੇ ਆ ਇੱਥੇ ਇੱਥੇ ਆ ਕੇ ਦੱਸ ਨਾ ਇੱਥੇ ਆ ਕੇ ਫੋਨ 'ਚ ਦੱਸ ਫਗਵਾੜੇ ਤੋਂ ਚੱਲੇ ਹਾਂ ਹੁਣ ਅਸੀਂ ਇਹ ਹੈਗੀ ਸਾਡੀ ਕੀ ਕਹਿੰਦੇ ਹੁੰਦੇ ਆ ਬਲੌਗ ਸਟਾਰ ਤਜਿੰਦਰ ਕੌਰ 5 ਸਾਲ ਦੀ ਅੱਜ ਅਸੀਂ ਇਹਨੂੰ ਨਾ ਭੈਣੀ ਸਾਹਿਬ ਘੁਮਾਉਣ ਲੈ ਕੇ ਚੱਲੇ ਹਾਂ ਆ ਨਾਲ ਮੇਰੀ ਵਾਈਫ ਆ ਅਤੇ ਇਹ ਮੈਡਮ ਤਜਿੰਦਰ ਕੌਰ ਆ ਇਹਨੂੰ ਨਾ ਛੁੱਟੀਆਂ ਸਕੂਲੋਂ ਇਹਨੂੰ ਛੁੱਟੀਆਂ ਹੋਈਆਂ ਆ ਅਤੇ ਮੌਸਮ ਬਹੁਤ ਸੋਹਣਾ ਆ ਬਾਹਰ ਅਤੇ ਸਬੱਬ ਨਾਲ ਸਤਿਗੁਰ ਜੀ ਕੱਲ੍ਹ ਸ਼ਾਮੀ ਬੰਗਲੌਰ ਤੋਂ ਸ਼੍ਰੀ ਭੈਣੀ ਸਾਹਿਬ ਪਹੁੰਚੇ ਆ ਫਿਰ ਅਸੀਂ ਮਨ ਬਣਾਇਆ ਵੀ ਅਸੀਂ ਨਾ ਜਾ ਕੇ ਸਾਗਰਾਂ ਦੇ ਦਰਸ਼ਨ ਕਰੀਏ ਕੱਲ੍ਹ ਨੂੰ ਉੱਥੇ ਭੈਣੀ ਸਾਹਿਬ ਦੇ ਵਿੱਚ ਬੱਚਿਆਂ ਦਾ ਵਿੱਦਿਅਕ ਸੰਮੇਲਨ ਵੀ ਆ ਅਤੇ ਉਹ ਵੀ ਤਜਿੰਦਰ ਉੱਥੇ ਉਹਦੇ ਵਿੱਚ ਐਂਟਰਟੇਨਮੈਂਟ ਕਰੂਗੀ ਅਤੇ ਤੁਹਾਨੂੰ ਭੈਣੀ ਸਾਹਿਬ ਦਿਖਾ ਦਿੰਦੇ ਹਾਂ ਅੱਜ ਕਿੱਦਾਂ ਦਾ ਭੈਣੀ ਸਾਹਿਬ ਆ ਕੋਸ਼ਿਸ਼ ਕਰਦੇ ਹਾਂ ਵੀ ਭੈਣੀ ਸਾਹਿਬ ਦੀ ਵਧੀਆ ਵੀਡੀਓ ਬਣਾ ਸਕੀਏ ਸਾਡੇ ਫਗਵਾੜੇ ਤੋਂ ਭੈਣੀ ਸਾਹਿਬ ਹੈਗਾ ਤਕਰੀਬਨ 65 ਕਿਲੋਮੀਟਰ ਲਾ ਲਓ ਸਾਰਾ ਅਤੇ ਸਾਨੂੰ 1 ਘੰਟਾ ਲੱਗਣਾ ਹਜੇ ਜਾਣ ਨੂੰ ਅਤੇ 1 ਵਜੇ ਉੱਥੇ ਨਾਮ ਸਿਮਰਨ ਸ਼ੁਰੂ ਹੋ ਜਾਣਾ ਅਤੇ ਅਸੀਂ ਨਾਮ ਸਿਮਰਨ 'ਚ ਜਾ ਕੇ ਸਾਗਰਾਂ ਦੇ ਦਰਸ਼ਨ ਕਰਨੇ ਆ ਅਤੇ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਬਲੌਗ ਬਣਾਉਂਦੇ ਹਾਂ ਫਿਰ ਮਿਲਦੇ ਹਾਂ ਚੰਡੀਗੜ੍ਹ ਰੋਡ ਆ ਇਹ ਸੜਕ ਚੰਡੀਗੜ੍ਹ ਨੂੰ ਇਹ ਰੋਡ ਜਿਹੜੀ ਨਾ ਚੰਡੀਗੜ੍ਹ ਨੂੰ ਜਾਂਦੀ ਆ ਇਹ ਰੋਡ ਆ ਭੈਣੀ ਸਾਹਿਬ ਨੂੰ ਆਪਾਂ ਆ ਚੰਡੀਗੜ੍ਹ ਦੀ ਰੋਡ ਆ ਆ ਭੈਣੀ ਸਾਹਿਬ ਦੀ ਰੋਡ ਆ ਹਾਂ ਆਪਾਂ ਭੈਣੀ ਸਾਹਿਬ ਦੀ ਰੋਡ ਕ੍ਰਾਸ ਕਰ ਚੁੱਕੇ ਆ ਆ ਰੋਡ ਤੇ ਚੜ ਗਏ ਭੈਣੀ ਸਾਹਿਬ ਇੱਥੋਂ 2 ਕਿਲੋਮੀਟਰ ਭੈਣੀ ਸਾਹਿਬ ਇੱਥੋਂ 2 ਕਿਲੋਮੀਟਰ ਆ ਆ ਦੇਖੋ ਭੈਣੀ ਸਾਹਿਬ ਦੀ ਸੜਕ ਉਹ ਬੋਰਡ ਲੱਗਾ ਸੀ ਭੈਣੀ ਸਾਹਿਬ ਅਸੀਂ ਫਾਈਨਲੀ ਭੈਣੀ ਸਾਹਿਬ ਚ ਐਂਟਰ ਕਰ ਗਏ ਆ ਤਜਿੰਦਰ ਭੈਣੀ ਸਾਹਿਬ ਚ ਵੀ ਮੌਸਮ ਕਿੰਨਾ ਸੋਹਣਾ ਹੈ ਨਾ ਬਾਹਰੋਂ ਕਿੰਨੀ ਠੰਡੀ ਹਵਾ ਆ ਰਹੀ ਆ ਭੈਣੀ ਸਾਹਿਬ ਦਾ ਬਾਜ਼ਾਰ
ਗਵਰਨਮੈਂਟ ਸਕੂਲ ਆ ਹਾਂ ਇਹ ਬੱਚਿਆਂ ਦਾ ਸਕੂਲ ਆ ਸੀਨੀਅਰ ਸੈਕੰਡਰੀ ਪੰਜਾਬੀ ਸਮਾਰਟ ਸਕੂਲ ਪੰਜਾਬੀ ਕਹਿੰਦੇ ਆ ਪੰਜਾਬ ਬੋਰਡ ਹੈ ਨਾ ਹੁਣ ਇੱਥੇ ਆਪਾਂ ਪਹੁੰਚਣ ਲੱਗੇ ਆ ਗੜਵਾ ਚੌਂਕ ਚ गड़वा चौंक भी कहते ਭੈਣੀ ਸਾਹਿਬ ਜੀ ਮੇਰਾ ਖਿਆਲ 20-25 ਕੁ ਤਾਂ ਹੋਣੇ ਹੀ ਆ ਨਾ ਮੋਰ ਕਾਫੀ ਆ ਚੰਗਾ ਵੱਡਾ ਮੋਰ ਚੱਲ ਬੋਲ ਕੀ ਬੋਲਦੇ ਆ ਸੰਮੇਲਨ ਦੇਖਿਆ ਜੀ ਕੀ ਸਿੱਖਿਆ ਸੰਮੇਲਨ ਗੁਰਬਾਣੀ ਪੜ੍ਹਨੀ ਸਿਖਾਈ ਨਾ ਉਹਨਾਂ ਨੇ ਡਰਾਇੰਗ ਵੀ ਸਿਖਾਈ ਸੀ ਇੱਧਰ ਮੂੰਹ ਕਰ ਗੁਰਬਾਣੀ ਪੜ੍ਹਨੀ ਵੀ ਸਿਖਾਈ ਸੀ ਹੈ ਚੱਲ ਆ ਜਾ ਹੁਣ ਦੇਖੀਏ ਭੈਣੀ ਸਾਹਿਬ ਕਿੰਨਾ ਸੋਹਣਾ ਲੱਗਦਾ ਆ ਜਾ ਇੱਥੇ ਆਇਆ ਮੇਰੇ ਨਾਲ ਹੈਂ ਹੁਣ ਹੋਣ ਲੱਗਾ ਪੇਂਟਿੰਗ ਕੰਪੀਟੀਸ਼ਨ ਸਮਾਨ ਲਿਆ ਨੇ ਕਰਨੀ ਪੇਂਟਿੰਗ ਤਜਿੰਦਰ ਅੱਛਾ ਦੱਸ ਦੇਖ ਕਿੰਨਾ ਭੈਣੀ ਸਾਹਿਬ ਸੋਹਣਾ ਲੱਗਦਾ ਪਿਆ ਆਹ ਮੰਦਿਰ ਦਾ ਕੀ ਨਾਮ ਆ ਇੱਥੋਂ ਦੇਖਦੇ ਹਾਂ ਆਪਾਂ ਇੱਥੇ ਕੀ ਹੁੰਦਾ ਹੁੰਦਾ ਅੰਦਰ ਇਹਦੇ ਅੰਦਰ ਕੀ ਹੁੰਦਾ ਆ ਰੋਜ਼ ਨਮ ਨਮ ਕੀ ਹੁੰਦਾ ਨਾਮ ਸਿਮਰਨ ਅੱਛਾ ਆਸਾ ਦੀ ਵਾਰ ਵੀ ਲੱਗਦੀ ਹੈ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਆ ਹੈਂ ਸਵੇਰੇ ਸਵੇਰੇ ਕੀਤੇ ਸੀ ਆਸਾ ਦੀ ਵਾਰ 'ਚ ਦਰਸ਼ਨ ਸਤਿਗੁਰ ਜੀ ਦੇ ਹੁਣ ਕੀਤੇ ਸੀ ਸਤਿਗੁਰ ਜੀ ਦੇ ਸੰਮੇਲਨ 'ਚ ਦਰਸ਼ਨ ਅੱਛਾ ਅਤੇ ਹੁਣ ਕਿੱਥੇ ਜਾਣਾ ਤੂੰ ਪਾਰਕ 'ਚ ਨਹੀਂ ਆਪਾਂ ਨਹੀਂ ਜਾਣਾ ਪਾਰਕ ਆਪਾਂ ਦੇਖੀਏ ਕਿੰਨਾ ਸੋਹਣਾ ਆ ਭੈਣੀ ਸਾਹਿਬ ਚੱਲ ਆਪਾਂ ਦੇਖੀਏ ਅਤੇ ਤੂੰ ਮੋਹਰੇ ਮੋਹਰੇ ਹੋਊਗੀ ਨਾ ਮੈਂ ਤਾਂ ਹੀ ਤੇਰੀ ਵੀਡੀਓ ਬਣਾਊਂਗਾ ਹੌਲੀ ਹੌਲੀ ਬਸ ਬਸ ਇੱਥੇ ਨਹੀਂ ਮਤਲਬ ਮੇਰੇ ਤੋਂ ਜ਼ਿਆਦਾ ਦੂਰ ਇੱਧਰ ਨੂੰ ਜਾਣਾ ਆਪਾਂ ਇੱਧਰ ਨੂੰ ਅੱਛਾ ਜਿਸ ਤਰ੍ਹਾਂ ਇਹ ਤਾਂ ਹੈਗਾ ਸੀਗਾ ਹਰੀ ਮੰਦਿਰ ਹੈ ਨਾ ਜਿੱਥੇ ਆਸਾ ਦੀ ਵਾਰ ਰੋਜ਼ ਹੁੰਦੀ ਆ ਨਾਮ ਸਿਮਰਨ ਹੁੰਦਾ ਅਤੇ ਉਹ ਵਾਲਾ ਮੰਦਿਰ ਕਿਹੜਾ ਆ ਉਹ ਵਾਲਾ ਜਿੱਥੇ ਪਾਠ ਚੱਲਦੇ ਆ ਉਹ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਾਮ 'ਤੇ ਰੱਖਿਆ ਨਾ ਜਗਜੀਤ ਮੰਦਿਰ ਅੱਛਾ ਚੱਲ ਨਹੀਂ ਉਹ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਜੀ ਦਾ ਦੇਹ ਦਾ ਸੰਸਕਾਰ ਉੱਥੇ ਹੋਇਆ ਸੀ ਮਾਤਾ ਚੰਦ ਕੌਰ ਜੀ ਦਾ ਵੀ ਹੈ ਨਾ ਆ ਜਾ ਪਹਿਲਾਂ ਆਪਾਂ ਉੱਥੇ ਦੀ ਹੁਣ ਗੱਲ ਕੀਤੀ ਅਤੇ ਚੱਲ ਆ ਪਹਿਲਾਂ ਉੱਥੇ ਦੀ ਰਿਕਾਰਡਿੰਗ ਕਰਕੇ ਆਈਏ ਆਹਾ ਤੂੰ ਉਹ ਮੋਹਰੇ ਹੁਣ ਫਿਰ ਤੇਰੀ ਤਾਂ ਹੀ ਵੀਡੀਓ ਬਣੂਗੀ ਨਾਲੇ ਕਹਿੰਦੀ ਮੇਰੀ ਵੀਡੀਓ ਬਣਾਓ ਜੇ ਫਲਾਵਰ ਕਿੰਨੇ ਸੋਹਣੇ ਅੱਛਾ ਇੱਧਰ ਕੀ ਆ ਦੱਸੀ ਸਰੋਵਰ ਨਹੀਂ ਪਹਿਲਾਂ ਜਗਜੀਤ ਮੰਦਿਰ ਜਗਜੀਤ ਮੰਦਿਰ
जगजीत मंदिर के अंदर तेन पता की होंगे नहीं उत्थे पाठ चलते है ना पुत सवेरे अखंड पाठ का भोग पाया सतगुरु जी की हजूरी के अखंड पाठ से सुधारण पाठ से आहो चल तेरी मैं वीडियो बनाऊंगा तू उ मत्था टेकी और राय सिंह जी ओ दसी सामने केड़ा मंदिर है वड्डा ओ वाला जो सामने आ उन्हें कहते प्रताप मंदिर हाँ जो वे मेले होंगे ना उदो उ ना प्रोग्राम अच्छा आ देख आ है जगजीत मंदिर ये जगजीत मंदिर है ये सतगुरु जगजीत सिंह सच पातशाह जी की याद में बनया ये मंदिर तो माता चंद कौर जी की याद में चल जी ये अंदर ना हर वेले अखंड पाठ चलते तेन पता इस गल का इतने सवेरे सतगुरु जी की हजूरी च पाठ का भोग पिया सी चल आ जा इतने सतगुरु जगजीत सिंह जी और माता चंद कौर जी का देह का संस्कार होया सी उन्हां दी याद विच ये मंदिर बनिया इतने लड़ीवार अखंड पाठ साहब चलते रहिंदे आ अज सवेरे ही सतगुरु जी ने उन्हां दी हजूरी विच इक पाठ का भोग पाया गया देख फुल किन्ने सोहने ते जांदे इत्थे दुपहर खड़ी नवे तरीके दी विंदर आ देखी ओहदे वर्गी आ दुपहर खड़ी वर्गा ही है ना उदा दुपहर खड़ी आ देख किन्ने सोहने फुल दुपहर खड़ी है ਇਹਦੀ ਇੱਕ ਟਾਹਣੀ ਲੈ ਲਾ ਤਜਿੰਦਰ ਆਪਾਂ ਘਰ ਲਗਾਵਾਂਗੇ ਦੇਖ ਕਿੰਨੇ ਸੋਹਣੇ ਫੁੱਲ ਆ ਇਹਦੇ ਦੋ ਤਿੰਨ ਇੱਥੋਂ ਨਹੀਂ ਇੱਦਾਂ ਨਹੀਂ ਬਿੰਦਰ ਤੂੰ ਲਈ ਦੋ ਤਿੰਨ ਟਾਹਣੀਆਂ ਲੈ ਲਾ ਹੈ ਆਹ ਤਜਿੰਦਰ ਕਹਿੰਦੀ ਆਹ ਜੀ ਸਾਡੀ ਵੱਡੀ ਘੜੀ ਦੇਖ ਲਾ ਵੀ ਕਿੰਨੀ ਸੋਹਣੀ ਲੈਂਡਸਕੇਪਿੰਗ ਆ ਇੱਥੇ ਦੀ ਅੱਠਵਾਂ ਅਜੂਬਾ ਇਹ ਮੰਤਲਾ ਉਹਦਾ ਪਹਿਲਾ ਹੀ ਆ ਬਾਕੀ ਤਾਂ ਪਿੱਛੇ ਰਹਿ ਗਿਆ ਅਜੂਬੇ ਜਿੰਨਾ ਇਹ ਸੋਹਣਾ ਕਿਉਂਕਿ ਇੱਥੇ ਅਕਾਲ ਪੁਰਖ ਨੇ ਆਪ ਅਵਤਾਰ ਧਾਰਿਆ ਇਸ ਕਰਕੇ ਇਹ ਪਹਿਲਾ ਅਜੂਬਾ ਹੀ ਹੋ ਸਕਦਾ ਇੱਥੇ ਅਖੰਡ ਵਰਨੀਆਂ ਹੁੰਦੀਆਂ चौबी घंटे बरनी चलती नाम सिमरन चलता इतने इधर खूह है ना इतने बरनिया चलदिया
खूब है इत्थे दा जेड़ा भी जल अखंड पाठ नहीं सी होंगे और बड़ी सुचमता के सारे किए जाते।